गन्ना किसानों के आंदोलन के सामने पंजाब की कैप्टन सरकार को आखिरकार झुकना ही पड़ा। बीते कुछ दिनों से धरना लगाकर बैठे गन्ना किसानों को मुख्यमंत्री कैप्टन ने मना ही लिया, जिसके बाद से जालंधर में किसानों का धरना खत्म हो गया। बता दें कि गन्ना किसान नेशनल हाईवे और रेलवे ट्रैक से हट चुके हैं। मुख्यमंत्री कैप्टन अमरिंदर सिंह और किसान नेताओं के बीच हुई बैठक बड़ी ही सकारात्मक रही। मुख्यमंत्री कैप्टन ने पंजाब में गन्ने की कीमत 360 रुपए प्रति क्विंटल की घोषणा कर दी है। दो दिन तो फगवाड़ा, जलंधर, गुरदासपुर वगैरह साढ़े जो गन्ने दे किसान ने गन्ना बीजते ने उन्होंने धरना रखा हुआ सी सड़कों के उपर ताकि उन्होंने समझते से कि जिनी कीमत गन्ने की अनाउंस हुई है वो उन्होंने भुगता नहीं। तो अज उन्होंने डेलीगेशन एक आया सी, राज्यपाल साहब लैके आए से, उन्होंने नाल गलबात हुई। मैं उन्होंने मेरे साथी भी मेरे नाल से अपनी पार्टी दे और सारे की यही सहमति सी कि जो ये कह रहे ने किसान वो ठीक है, उन्होंने कीमत बदनी चाहती है। और हरियाणा ने दिता सी 358 रुपये, असि 360 रुपये क्विंटल कर दी। मुख्यमंत्री कैप्टन अमरिंदर सिंह के साथ मीटिंग के बाद किसान नेता बलवीर सिंह राजेवाल ने कहा कि सरकार ने हमारी मांगे मान ली और हमने अपना धरना खत्म कर दिया है। पांच दिन के बाद जालंधर दिल्ली नेशनल हाईवे और धनो वाली रेलवे फाटक पर जाम खोल दिया गया है। पहले गन्ने का रेट 310 रुपए प्रति क्विंटल था, जिसमें 50 रुपए की बढ़ोतरी हुई है और अब किसानों को 360 रुपए प्रति क्विंटल मूल्य मिलेगा। अज 50 रुपये क्विंटल गन्ने के भाव के वाधा किया गया है, जिहड़ा देश के इतिहास में एडा वड्डा वाधा सब तो पहली बार है और हरियाणा तो भी अगे है। हरियाणा नालों भी 2 रुपए वध पाकिस्तान नूं मिलेगा। ये बहुत वड्डी किसानों की जित है और मैं धन्नवादी हाँ पंजाब सरकार का जिन्हें किसानों की यह मंग मनी है और ये बहुत वड्डा फैसला है। ਕਿਸਾਨ ਏਕਤਾ ਜਿੰਦਾਬਾਦ। ਕਿਸਾਨ ਏਕਤਾ ਜਿੰਦਾਬਾਦ। ਉਸ ਤੋਂ ਬਾਅਦ ਮੰਗਾਂ ਮੰਨੀਆਂ ਗਈਆਂ, ਹੋਰ ਵੀ ਮਸਲੇ ਇੱਦਾਂ ਹੀ ਉਭਾਰੇ ਜਾਣਗੇ, ਇੱਦਾਂ ਹੀ ਸਰਕਾਰ ਦੇ ਬਿਲਕੁਲ ਅੱਜ ਉਹ ਧਰਨਾ ਉਠਾ ਦਿੱਤਾ ਜਾਏਗਾ। ਅੱਗੋਂ ਜੇ ਕੋਈ ਹੋਰ ਮਸਲੇ ਆਉਣ ਦਿੱਲੀ ਜਾਵਾਂਗੇ ਜੀ। ਦਿੱਲੀ ਹੁਣ ਦਿੱਲੀ ਹੁਣ ਦਿੱਲੀ ਦਾ ਹੁਣ ਸਾਰੇ ਕੂਚ ਕਰਾਂਗੇ ਦਿੱਲੀ ਵਾਲੇ। ਰਾਜੇਵਾਲ ਸਾਹਿਬ ਲੇਕਿਨ ਜਿਹੜੀ ਮਾਂ ਉੱਥੇ ਭਾਰਤ ਸਰਕਾਰ ਨੇ ਉਹ ਨਹੀਂ ਇਹਨਾਂ ਦੇ ਨਾਲ ਕੰਸਰਨਡ ਨਹੀਂ ਸੀ, ਉਹਦੇ ਨਾਲ ਕੋਈ ਗੱਲ ਨਹੀਂ ਹੋਈ। ਅਸੀਂ ਹੁਣ ਇੱਥੋਂ ਲੋਕਾਂ ਨੂੰ ਜਿਹੜਾ ਸੱਦਾ ਦਿੱਤਾ ਹੁਣ ਸਾਰੇ ਦਿੱਲੀ ਚੱਲੋ। ਏਡਾ ਵੱਡੀ ਇਨਕਰੀਜ਼ ਅੱਜ ਤੱਕ ਇਤਿਹਾਸ ਵਿੱਚ ਕਦੇ 50 ਰੁਪਏ ਕੁਇੰਟਲ ਕਿਸੇ ਵੀ ਸਰਕਾਰ ਨੇ ਅੱਜ ਤੱਕ ਨਹੀਂ ਸੀ ਵਧਾਏ। ਔਰ ਅੱਜ ਹਰਿਆਣਾ ਜਿਹੜਾ ਸਭ ਤੋਂ ਵੱਧ ਪਾ ਦਿੰਦਾ ਸੀ ਉਹਦੇ ਨਾਲੋਂ ਵੀ 2 ਰੁਪਏ ਵੱਧ ਪੰਜਾਬ ਦੇ ਕਿਸਾਨਾਂ ਨੂੰ ਮਿਲਣਗੇ। ਇਹ ਬਹੁਤ ਅੱਜ ਜਿਹੜੀ ਗੰਨੇ ਦੇ ਰੇਟ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਸਰਕਾਰ ਦੇ ਨਾਲ ਸਾਡੀ ਮੀਟਿੰਗ ਸੀ, ਉਹ ਸਾਡੀ ਡਿਮਾਂਡ ਸੀ 400 ਰੁਪਇਆ, ਪਰ ਇਹ ਵੀ ਸਾਡੀ ਗੱਲ ਸੀ ਕਿ ਸਾਡਾ ਹਰਿਆਣਾ ਤੋਂ ਉੱਪਰ ਕੀਤਾ ਜਾਵੇ। ਸੋ ਸਾਡੀ ਜਿਹੜੀ ਗੱਲ ਹੈ ਉਹ ਪੰਜਾਬ ਸਰਕਾਰ ਨੇ ਮੰਨ ਲਈ ਹੈ। ਹਰਿਆਣਾ ਤੋਂ ਬੇਸ਼ੱਕ 2 ਰੁਪਏ ਸੀ ਉਹਨਾਂ ਨੂੰ ਕਿਹਾ ਸੀ ਉੱਪਰ, ਉਹਨਾਂ ਨੇ 2 ਰੁਪਏ ਉੱਪਰ ਕਰਕੇ ਹਰਿਆਣਾ ਦਾ ਰੇਟ 358, ਪਰ ਸਾਡਾ ਜਿਹੜਾ ਉਹ 360 ਰੁਪਏ ਰੇਟ ਪੰਜਾਬ ਸਰਕਾਰ ਨੇ ਮੰਨ ਲਿਆ। ਮੈਂ ਸਮਝਦਾ ਕਿ ਸਾਡੇ ਜਿਹੜੇ ਕਿਸਾਨ ਅੰਦੋਲਨ 'ਚ ਬੈਠੇ ਸਨ ਉਹਨਾਂ ਦੀ ਵੱਡੀ ਪ੍ਰਾਪਤੀ ਹੈ ਔਰ ਇਹ ਪੰਜਾਬ ਸਰਕਾਰ ਦੀ ਵੀ ਵੱਡੀ ਦੇਣ ਹੈ। ਮੈਂ ਸਮਝਦਾ ਵੀ ਜਿਹੜਾ ਇਹਨਾਂ ਦੀ ਮੰਗ ਨੂੰ ਮੰਨਦੇ ਹੋਏ ਕਿਸਾਨਾਂ ਦੀ ਨੂੰ 360 ਰੁਪਏ ਰੇਟ ਦਿੱਤਾ, ਬੜੀ ਚਿਰ ਚਰਚਾ ਹੋਈ CM ਸਾਹਿਬ ਨਾਲ, ਪਰ ਉਹਨਾਂ ਨੇ ਅਖੀਰ ਸਾਡੀ ਗੱਲ ਨੂੰ ਜਿਹੜੀ ਸਾਡੀ ਆਰਗੂਮੈਂਟ ਨੂੰ ਮੰਨਦੇ ਹੋਏ 360 ਰੁਪਏ ਰੇਟ ਜਿਹੜਾ ਉਹ ਅਨਾਊਂਸ ਕਰ ਦਿੱਤਾ। ਸੋ ਹੁਣ ਮੈਂ ਜਦੋਂ ਨੈਗੋਸੀਏਸ਼ਨ ਸ਼ੁਰੂ ਹੋਈ ਹੈ ਤੇ 340 ਜਿਹੜੇ ਉਹਨਾਂ ਨੇ ਪਹਿਲਾਂ ਕਿਹਾ ਸੀ CM ਸਾਹਿਬ ਨੇ, ਫਿਰ ਗੱਲਾਂ ਕਈ ਆਈਆਂ, ਉਹਨਾਂ ਨੇ ਫਿਰ ਕਿਹਾ ਕਿ ਅਸੀਂ ਜਿਹੜਾ 340 ਹੈ ਉਹ ਇਸ ਸਾਲ ਦਾ ਕਰ ਦਿੰਦੇ ਹਾਂ, ਅਗਲੇ ਸਾਲ 15 ਪਲੱਸ ਕਰ ਦਿੰਦੇ ਹਾਂ। ਅਸੀਂ ਕਿਹਾ ਜੀ ਨਹੀਂ, ਸਾਨੂੰ ਐਸੇ ਸਾਲ ਤੋਂ ਚਾਹੀਦਾ। ਸੋ ਉਹਨਾਂ ਨੇ ਅਸੀਂ ਉਹਨਾਂ ਨੂੰ ਕਿਹਾ ਵੀ ਚਾਹੀਦਾ ਵੀ ਐਸੇ ਸਾਲ ਤੋਂ ਆ ਔਰ ਚਾਹੀਦਾ ਵੀ ਹਰਿਆਣਾ ਤੋਂ ਉੱਪਰ ਹੈ, ਅਤੇ ਫਿਰ ਉਹਨਾਂ ਨੇ ਇਹ ਗੱਲ ਨੂੰ ਮੰਨਦੇ ਹੋਏ ਫਿਰ ਉਹਨਾਂ ਨੇ ਕਿਹਾ ਸੀ 20 ਪਲੱਸ ਕਰ ਦਿੰਦੇ ਹਾਂ, 360 ਹੋ ਜਾਣਗੇ ਅਗਲੇ ਸਾਲ। ਪਰ ਨਹੀਂ, ਅਸੀਂ ਉਸ ਗੱਲ ਨੂੰ ਬਿਲਕੁਲ ਅੜੇ ਰਹੇ ਔਰ ਮੁੱਖ ਮੰਤਰੀ ਜੀ ਨੇ ਵੀ ਸਾਡੀ ਗੱਲ ਨੂੰ ਵੇਖਦੇ ਹੋਏ, ਜਿੰਨੇ ਮੰਤਰੀ ਸਾਹਿਬਾਨ ਸਨ ਨਾਲ ਉਹਨਾਂ ਸਾਰਿਆਂ ਨੇ ਵੀ ਐਵੇਂ ਆਪਾਂ ਕਹੀਏ ਉਹਨਾਂ ਦੀ ਬੜੀ ਸਪੋਰਟ ਰਹੀ ਹੈ। ਰੰਧਾਵਾ ਜੀ ਸੀ, ਰਾਣਾ ਜੀ ਸਨ, ਬੇਰਕਾ ਜੀ ਸਨ, ਸਾਰੇ ਸਾਡੇ ਜਿਹੜੇ ਦੂਸਰੇ ਤ੍ਰਿਪਤਰਾ ਪ੍ਰਤਾਪ ਸਿੰਘ ਬਾਜਵਾ ਜੀ ਸਨ, ਉਹਨਾਂ ਸਾਰਿਆਂ ਨੇ, ਲਾਲ ਸਿੰਘ ਜੀ ਸਾਰਿਆਂ ਨੇ। ਆਪਕੋ ਬਤਾ ਦੇ ਕਿ ਕਿਸਾਨੋਂ ਕੇ ਧਰਨੇ ਪ੍ਰਦਰਸ਼ਨ ਕੇ ਚਲਤੇ ਪਿਛਲੇ 5 ਦਿਨੋਂ ਸੇ ਕਿਸਾਨ ਗੰਨੇ ਕੀ MSP ਕੋ ਲੇ ਕਰ ਧਰਨਾ ਦੇ ਰਹੇ ਥੇ। 5 ਦਿਨੋਂ ਸੇ ਧਰਨਾ ਲਗਾਨੇ ਕੇ ਕਾਰਨ ਨੈਸ਼ਨਲ ਹਾਈਵੇ ਔਰ ਰੇਲਵੇ ਟਰੈਕ ਜਾਮ ਥਾ। ਪੰਜਾਬ ਕੀ ਤਰਫ ਸੇ ਆਨੇ ਵਾਲੇ ਟ੍ਰੇਨੋਂ ਕੋ ਕੈਂਸਲ ਕਰ ਦਿਆ ਗਿਆ ਥਾ ਔਰ ਧਰਨਾ ਖਤਮ ਹੋਣੇ ਸੇ ਲੋਗੋਂ ਨੇ ਰਾਹਤ ਕੀ ਸਾਂਸ ਲੀ ਹੈ। ਪ੍ਰਥਮ ਤਹਿਲਕਾ ਕੇ ਲੀਏ ਜਾਲੰਧਰ ਸੇ ਬਿਊਰੋ ਰਿਪੋਰਟ। ਮੈਨੂੰ
ਮੈਂ ਧੰਨਵਾਦ ਕਰਦਾ ਸੀਐਮ ਸਾਹਿਬ ਦਾ ਬਹੁਤ